ਇਸ ਤੋਂ ਬੇਵਕੂਫ ਲੋਕਾਂ ਦੇ ਕਿੱਬੇ ਤੇ ਹੱਥ ਨਾ ਪਾਈ ਦੋ, ਚੰਗੀਆਂ ਚੀਜ਼ਾਂ ਪਾਈ ਦੋ। ਇਹ ਗਠੜੀ ਪਾਰੀ ਕਰ ਰਿਹਾ ਦੀਨ, ਜਿੰਨਾ ਰੱਬ ਰਸੂਲ ਚੁੱਕਿਆ ਉਹਨੂੰ ਐਡਾ ਮੁਸ਼ਕਿਲ ਬਣਾਉਂਦੇ ਆ, ਅਤੇ ਫਿਰ ਅਸਲ ਦੀਨ ਲੋਕ ਛੱਡ ਜਾਂਦੇ। ਹੁਣ ਲੋਕ ਖਤਮਾ ਲਈ ਪੈਸੇ ਕਰਨਗੇ, ਜ਼ਕਾਤ ਦੇਣ, ਹੈਂ ਉਹ ਵਿਚਾਰੇ ਉਸ਼ਰ ਕਰਨਗੇ, ਇਹਨਾਂ ਦੇ ਚੰਦੇ ਪੂਰੇ ਕਰਨ। ਇੱਕ ਮਈਤ ਮਰ ਜਾਂਦੀ 40 ਦਿਨ ਤਾਂ ਰੋਟੀ ਲੱਗ ਜਾਂਦੀ, ਮਈਤ ਦੇ ਘਰ ਹੀ ਹੁੰਦੀ, ਚਾਵਲ ਪਕਾਓ ਤਾਂ ਚਾਹੇ ਮਾਂ ਇਹਨਾਂ ਦੇ ਘਰ ਮੌਲੀ ਸਾਹਿਬ ਦੇ ਭੇਜੋ, 40 ਦਿਨ ਉਹ ਡੈਥ ਡਿਊਟੀ, ਮੌਤ ਦਾ ਟੈਕਸ ਲਗਾ ਰਹੇ, ਉਹਨੇ ਤੈਨੂੰ ਹੋਰ ਮਰ ਜਾਣ ਖਾਂਦੇ ਪੀਂਦੇ। ਔਰ ਕਹਾਣੀਆਂ ਐਸੀਆਂ ਬਣਾਈਆਂ, ਅੱਲਾ ਰਹਿਮ ਕਰੇ, ਬੜੇ ਨੇਕ ਆਲਮ ਸੀ, ਇਹੋ ਜਿਹੀਆਂ ਕਿਤਾਬਾਂ ਲੋਕ ਛੱਡ ਗਏ। ਸ਼ਮੇ ਮੁਹੰਮਦ ਉਹਦੇ ਵਿੱਚ ਮੌਲਾਨਾ ਰੋਸ਼ਨ ਵੀ ਲਿਖਦੇ, ਮੌਲੀ ਸਾਹਿਬ ਦੀ ਬੀਵੀ ਸੀ, ਉਹਨੇ ਇੱਕ ਦਿਨ ਆਖਿਆ, ਮੌਲੀ ਜੀ ਬੰਦਾ ਕੋਈ ਨਹੀਂ ਮਰਿਆ, ਨਾ ਹੁਣ ਕੋਈ ਸੂਟ ਆਉਂਦਾ, ਨਾ ਕੋਈ ਜੁੱਤੀ ਆਉਂਦੀ ਹੈ, ਕਹਾਂਗਾ ਫਿਰ ਤੇਰੇ ਤੋਂ ਜ਼ਿਆਦਾ ਸਿਆਣਾ ਕੌਣ ਹੈ, ਤੂੰ ਹੀ ਕੋਈ ਪਖੰਡ ਸੋਚ। ਉਹਨੇ ਬੁਰਕਾ ਲਿਆ, ਘਰ ਚਲੀ ਗਈ, ਜੀਵਣੀ ਸੀ, ਜੀਵਣੀ ਦੇ ਕਰ ਗਏ ਉਹਦਾ ਖਾਮ ਮਰਿਆ ਸੀ ਕਾਲੂ। ਇਹ ਬਿਲਕੁਲ ਤੁਸੀਂ ਇਹਨਾਂ ਨੂੰ ਲਤੀਫੇ ਨਾਲ ਸਮਝੋ, ਇੱਦਾਂ ਹੀ ਲੁੱਟਿਆ ਪੰਡਤਾਂ ਨੇ, ਨਾ ਮੌਲੀਆਂ ਨੇ, ਅਤੇ ਕਿਤਾਬਾਂ ਵੀ ਆਪੇ ਇਹਨਾਂ ਦੇ ਵੱਡੇ ਲਿਖ ਗਏ। ਹਾਂ ਇੰਨਾ ਸਵਾਦ ਪਹੁੰਚਦਾ, ਇੰਨਾ ਖਤਮ ਦਾ ਫਾਇਦਾ ਹੁੰਦਾ ਵੀ ਆਪਣੇ ਵੱਡਿਆਂ ਦੀਆਂ ਲਿਖੀਆਂ ਵਿਖਾ ਕੇ ਤਾਂ ਲੁੱਟੀ ਜਾਣ ਦੁਨੀਆਂ, ਕੋਈ ਰੱਬ ਰਸੂਲ ਦੀ ਗੱਲ ਮਨਕਰਤ ਗੱਲ। ਉਹ ਜਿਸ ਵੇਲੇ ਗਈ ਤਾਂ ਜੀਣੀ ਨੇ ਆਖਿਆ, ਆਓ ਬੀਬੀ ਜੀ, ਆਓ ਬੀਬੀ, ਬਹਿ ਗਈ ਪੀੜ੍ਹੀ ਡਾਕਟਰ ਵੀ, ਜੀਣੀ ਕੀ ਆਉਣਾ, ਕੰਮ ਬੜਾ ਖਰਾਬ, ਮਿਸਕੀਨ ਦੀ ਸੂਰਤ ਬਣਾ ਕੇ ਰੋਣੀ। ਉਹਨੇ ਆਖਿਆ ਖੈਰ ਕਹਿੰਦੀ, ਖੈਰ ਕੀ, ਮੈਂ ਰਾਤ ਮੁਰਦੇ ਵਿੱਚ ਸਭ ਦੇ ਸੋਹਣੇ ਕੱਪੜੇ, ਬੜੀ ਅੱਛੀ ਹਾਲ, ਭਾਈ ਕਾਲੂ ਨੂੰ ਵੇਖਿਆ, ਥੋੜ੍ਹੇ ਜਿਹੇ ਜੂ ਵੀ ਉਹਨੇ ਡਿੱਗ, ਬਾਤ ਮੰਦਾ ਲੀਰਾ ਫਟੇ ਕਰ। ਉਹਨੇ ਆਖਿਆ ਕਿ, ਮੈਂ ਕਹਿਣ ਲੱਗੀ, ਪੁੱਛਿਆ ਇਹ ਕਾਲੂ ਕੀ ਕਰ ਰਹੀ ਸਾਰਿਆਂ ਦੇ। ਉਹਨੇ ਆਖਿਆ, ਪਿਛਲੇ ਘਰ ਦੇ ਉਹਨਾਂ ਦੇ ਪਾਉਂਦੇ ਆ, ਮੈਂ ਮਰ ਗਿਆ, ਜਿੰਨੀ ਕੰਬਖਤ ਨੇ ਮੈਨੂੰ ਬੁਲਾ, ਮੇਰੇ ਲਈ ਕੋਈ ਨਹੀਂ ਭੇਜਿਆ ਉਹਨੇ, ਇਸ ਤੋਂ ਮੈਂ ਕਿੱਥੇ ਪਾਉਣਾ। ਉਹਨੇ ਆਖਿਆ, ਬੀਬੀ ਜੀ ਮੇਰੀ ਮਿੰਨਤ ਹੈ, ਕਿਸੇ ਨੂੰ ਦੱਸਿਓ ਨਾ, ਬਦਨਾਮੀ ਬੜੀ ਹੈ, ਅਤੇ ਸ਼ਾਮ ਨੂੰ ਆ ਜਾਂਦੀ। ਸ਼ਾਮ ਨੂੰ ਹੀ ਜੋੜੇ ਨਵੇਂ ਜੁੱਤੀਆਂ ਦੇ ਅਤੇ ਕੱਪੜੇ ਅਤੇ ਸਾਰਾ ਕਮਾ ਕੇ ਪੁਰਾਣੇ ਨੇ ਘਰ ਵਸੂਲ ਲਿਆ। ਉਹਦੇ ਫਿਰ ਮੌਲੀ ਸਾਹਿਬ ਲਿਖ ਲਿਆ, ਲੈ ਮਲਵਾਣੀਏ ਮੁਰਦੇ ਖਾਣੀਏ, ਫੁਰ ਗਿਆ ਜੀ ਦਾ ਤੇਰਾ। ਐਦਾਂ ਬੇਵਕੂਫ ਸਾਨੂੰ ਬਣਾਇਆ ਕਿ ਅੱਛੀ ਗੱਲ ਹੀ ਹੈ ਜੇ ਹੋ ਜਾਏ, ਵੀ ਅੱਛੀ ਗੱਲ ਵਾ ਜੇ ਰਸੂਲ ਦੀ ਸਮਝ ਨਹੀਂ ਆਈ ਤਾਂ ਹੈਗੀ ਜੇ ਵਿਖਾ ਜੋ ਪੱਧਰੀ ਜੀ ਦੀ ਗੱਲ ਹੈ। ਦੁਹਾਰ ਸੀ ਕਿ ਰਸੂਲਾਂ ਦੇ ਜ਼ਮਾਨੇ 'ਚ ਸਭ ਕੁਝ ਹੁੰਦਾ ਰਿਹਾ, ਮਰੇ ਆ ਲੋਕ, ਕੁਰਾਨ ਵੀ ਹੈਗਾ ਸੀ, ਕੋਈ ਪੜ੍ਹ ਕੇ ਕੁਰਾਨ ਖਾਨੀ ਕਰਕੇ ਬਖਸ਼ਿਆ, ਇਹ ਖਤਮਾਂ ਸ਼ਤਮਾਂ ਨੂੰ ਜਦੋਂ ਕੁਰਾਨ ਖਾਨੀ ਕੋਈ ਨਹੀਂ ਵਿਖਾ ਸਕਦਾ, ਕਦੋਂ ਅੱਲਾ ਦੇ ਰਸੂਲ ਨੇ ਕੰਮ ਕੀਤਾ। ਇਮਾਮ ਇਬਨ ਕਸੀਰ ਰਹਿਮਤੁੱਲਾਹ ਅਲੈਹ ਲਿਖ ਲਿਆ ਆਪਣੀ ਤਫਸੀਰ 'ਚ, ਕੁਰਾਨ ਪੜ੍ਹ ਕੇ ਅਗਰ ਬਖਸ਼ਣ ਦਾ ਸਵਾਬ ਪਹੁੰਚਦਾ ਹੁੰਦਾ ਤਾਂ ਅੱਲਾ ਦੇ ਰਸੂਲ ਅਲੈਹ ਸਲਾਮ ਦਾ ਸਾਹਬ ਸਭ ਤੋਂ ਪਹਿਲਾਂ ਇਸ ਕੰਮ ਦੀ ਅੱਗੇ ਵੱਧ। ਸਦਕਾ ਕਰਨਾ ਤਾਂ ਮੁਸ਼ਕਲ ਸੀ, ਕੁਰਾਨ ਤਾਂ ਥੋੜ੍ਹਾ ਬਹੁਤ ਸਭ ਨੂੰ ਯਾਦ ਸੀ, ਇੱਕ ਹਵਾਲਾ ਵੀ ਨਹੀਂ ਕੋਈ ਵਿਖਾਉਂਦਾ ਵੀ ਕੁੱਲ ਪੱਲਾ ਪੜ੍ਹ ਕੇ ਬਖਸ਼ੀ ਹੋਵੇ। ਇਹਨਾਂ ਨੇ ਜਨਾਜ਼ੇ ਦਾ ਹਿੱਸਾ ਬਣਾ ਲਿਆ ਵੀ ਜਨਾਜ਼ੇ ਦੀ ਨਮਾਜ਼ ਤੁਹਾਡੇ ਸਾਹਮਣੇ ਕੋਈ ਇਹਨਾਂ ਦੇ ਨਜ਼ਦੀਕ ਹੈਸੀਅਤ ਨਹੀਂ ਰਹੀ, ਇੱਕ ਰਸਮ ਹੈ, ਸਲਾਮ ਫੇਰੋ, ਬਾਅਦ ਅਲਹਮਦ ਸ਼ਰੀਫ ਪੜ੍ਹੋ, ਚਰਵਰੀ ਕਰੋ। ਇਹ ਇਮਾਮ ਨੇ ਵੀ ਕਿਹਾ, ਚਲੋ ਕੁਰਾਨ ਅਜ਼ੀਜ਼ ਛੱਡੋ, ਇਮਾਮ ਉਹ ਨਹੀਂ ਫਾਕਿਆ, ਕਿਹੜੀ ਫਿਕਾ ਦੀ ਕਿਤਾਬ ਨਹੀਂ ਕੋਲ, ਇਹ ਨਾ ਕੰਮ ਹੋਵੇ। ਸਾਰੇ ਲੋਕ ਨਹੀਂ, ਜਨਾਜ਼ਾ ਨਹੀਂ ਹੋਇਆ, ਦੁਆ ਨਹੀਂ, ਅਸਲ ਦੀਨ ਇੱਥੇ ਚਲਾ, ਮਨਕਰਤ ਗੱਲਾਂ ਪਾਈ। ਹਿੰਦੂਆਂ 'ਚ ਵੀ ਸਾਡੀ ਤਰ੍ਹਾਂ ਇੱਕ ਫਿਰਕਾ ਪੈਦਾ ਹੋ ਗਿਆ, ਸਮਝ ਅੱਲਾ ਦੇ ਦਿੰਦਾ, ਵਰਨਾ ਸਨਾਤਨ ਧਰਮੀ ਰਹਿ, ਸਨਾਤਨ ਧਰਮੀ ਹੈ ਅਹਿਲੇ ਸੁਨਤ, ਅਹਿਲੇ ਸੁਨਤ ਮੈਂ ਕਹਿ ਰਿਹਾ, ਅਹਿਲੇ ਸਬਿਲਤ ਕਹਿਣਾ ਜੀ, ਜਿਹੜੇ ਪੁਰਾਣੇ ਤਰੀਕੇ 'ਤੇ ਪੰਡਤਾਂ ਨੂੰ ਮੰਨਣ ਵਾਲੇ ਖਤਮ ਦਰੂਦ ਦੇਣ, ਉਹ ਆਰੀਆ ਪੈਦਾ ਹੋ, ਪੜ੍ਹੇ ਲਿਖੇ ਉਹਨਾਂ ਆਖਿਆ ਇੱਕ ਤਾਂ ਬੁੱਤ ਗਲਤ ਹੈ, ਇਹ ਜਿਹੜੇ ਬੁੱਤ ਤੁਸੀਂ ਇਹਨਾਂ ਬਣਾਏ ਬਿਲਕੁਲ ਝੂਠ ਹੈ, ਕੌਣ ਖੁਦਾ ਤੋਂ ਸਵਾ ਕੁਛ ਦਿੰਦਾ, ਬੜੇ ਮੋਹਿਤ ਹੋ ਗਏ, ਬੁੱਤਾਂ ਦੇ ਦੁਸ਼ਮਣ ਹੋ ਗਏ। ਅਤੇ ਦੂਜਾ ਉਹਨਾਂ ਆਖਿਆ, ਅਸੀਂ ਇਹ ਰਸਮਾਂ ਰੁਸਮਾਂ ਕੋਈ ਨਹੀਂ ਮੰਨਣੀਆਂ, ਜੋ ਅਸਲ ਵੇਦ ਹਨ ਸਾਡੀਆਂ ਕਿਤਾਬਾਂ ਉਹ ਮੰਨਣੀਆਂ, ਇਹ ਪੋਥੀਆਂ ਪਾਥੀਆਂ ਨਹੀਂ ਮੰਨੀਆਂ। ਤਾਂ ਸਵਾਮੀ ਦਯਾਨੰਦ ਜੀ ਲਿਖਦੇ ਉਹਨਾਂ ਦੇ ਸਰਬਰਾਹ, ਕਿ ਇੱਕ ਜ਼ਿਮੀਂਦਾਰ ਸੀ, ਉਹਦੇ ਕੋਲ ਬੜੀ ਆਲਾ ਗਾਂ ਸੀ, ਮੌਤ ਦਾ ਵਕਤ ਉਹਦੇ ਅੱਬੇ ਦਾ ਆਇਆ, ਬਰਾਦਰੀ ਵੀ ਬੈਠੀ, ਪੰਡਿਤ ਜੀ ਵੀ ਆ ਗਿਆ ਬ੍ਰਾਹਮਣ। ਉਹਨਾਂ ਆਖਿਆ, ਬਾਈ ਕਿਤਾਬਾਂ 'ਚ ਲਿਖਿਆ ਬਜ਼ੁਰਗਾਂ ਨੇ ਵੀ ਜਦੋਂ ਰੂਹ ਨਿਕਲਦੀ ਤਾਂ ਰਸਤੇ 'ਚ ਇੱਕ ਨਦੀ ਆਉਂਦੀ ਹੈ, ਉਹਦਾ ਨਾਮ ਹੀ ਦੱਸਿਆ, ਉਸ ਨਦੀ 'ਚ ਰੂਹ ਗੋਤੇ ਖਾਂਦੀ ਹੈ, ਅਤੇ ਪਾਰ ਸਿਰਫ ਤਦ ਹੁੰਦੀ ਹੈ ਵੀ ਗਾਂ ਦਿੱਤੀ ਹੋਵੇ, ਅਤੇ ਗਾਂ ਦੀ ਪੂਛ ਫੜ ਕੇ ਰੂਹ ਪਾਰ ਹੁੰਦੀ ਨਹੀਂ ਅਤੇ ਉੱਥੇ ਡੁੱਬਦੀ ਨਹੀਂ, ਗਾਂ 'ਤੇ ਨਗਰ ਵੀ ਇਹ ਖੋਣੀ। ਉਹਨੇ ਆਖਿਆ, ਯਾਰ ਮੇਰੇ ਕੋਲ ਜਿੰਨੇ ਮਰਜ਼ੀ ਪੈਸੇ ਦਵਾ ਦਿਓ, ਗਾਂ 'ਤੇ ਮੇਰਾ ਗੁਜ਼ਾਰਾ, ਮੈਂ ਵਾਹੀ ਕਰਨਾ, ਪਿੱਛੇ ਦੁੱਧ ਦੇਈ ਜਾਂਦਾ, ਬੱਚੇ ਨਹੀਂ। ਬਰਾਦਰੀ ਵੀ ਆਖਿਆ, ਤੈਨੂੰ ਪਿਓ ਨਹੀਂ ਬਖਸ਼ਵਾਉਣ ਦੀ ਲੋੜ, ਦੇ ਫੜਾ। ਹੁਣ ਕੁਛ ਦਿਨ 'ਤੇ ਗੁਜ਼ਾਰਾ ਹੋਇਆ, ਜ਼ਮੀਨ 'ਤੇ ਜਾਵੇ ਵਿਚਾਰਾ, ਧੁੱਪੇ ਸੜੇ, ਪਿੱਛੇ ਨਾ ਲੱਸੀ ਨਾ ਮੱਖਣ, ਬਹੁਤ ਸੜਿਆ ਬੜਿਆ, ਕਿਦਰ ਪੁਰਾਣੀ ਕੌੜੀ ਸੀ, ਉੱਦਾਂ ਹੀ ਚਲਾ ਗਿਆ ਪੰਡਿਤ ਦੇ ਘਰ। ਆਓ ਜੀ ਆਓ ਜੀ, ਉਹਨੇ ਆਖਿਆ, ਆਉਣਾ ਹੁਣ ਕੀ ਹੈ, ਪੰਡਿਤ ਜੀ ਖੋਲੋ ਨਾ ਬੱਚਾ, ਮੇਰੇ ਘਰ ਬਣ ਕੇ ਆਓ। ਆਖਿਆ, ਤੋਬਾ ਤੋਬਾ ਤੋਬਾ, ਦਾਨ ਕਰਕੇ ਤੂੰ ਇਹ ਵਾਪਸ ਲਈਆਂ। ਉਹਨੇ ਆਖਿਆ, ਗੱਲ ਦੱਸ, ਮੈਂ ਗਾਂ ਕਿਤੇ ਗਾਂ ਚਲੀ ਗਈ ਹੈ, ਇਹ ਤੇਰੇ ਘਰ ਹੀ ਬੱਝੀ ਹੈ,
ਮੇਰਾ ਪਿਓ ਡੁੱਬਦਾ ਤੇ ਮੈਨੂੰ ਸੁਣਿਆ ਕਰ ਦਿੰਦਾ, ਮੈਂ ਇੱਦਾਂ ਹੀ ਪਾਰ ਕਰਾ ਕੇ ਮੁੜ ਕੇ ਲਿਆ ਕੇ ਘਰ ਬੰਨ ਲੈਂਦਾ। ਉਹ ਕਿਹੜੇ ਪਿਓ ਕੋ ਮੇਰੇ ਕੋ ਗਈ ਹੈ? ਕਹਿੰਦਾ ਵੇਖ ਕਿਤਾਬਾਂ ਬਜ਼ੁਰਗਾਂ ਨੇ ਆਖਿਆ, ਬਜ਼ੁਰਗ ਵੀ ਕੰਜਰ ਤੁਹਾਡੇ ਵਰਗੇ, ਉਹ ਇਹੋ ਜਿਹਾ ਸੀ ਪੰਡਿਤ ਜਿਹਨਾਂ ਨੇ ਗੱਲਾਂ ਲਿਖੀਆਂ, ਕੋਈ ਨਹੀਂ ਮੰਨ। ਤੋ ਯਕੀਨ ਜਾਣੋ ਜੇ ਅਕਲ ਆ ਜਾਣਾ ਤਾਂ ਬੰਦਾ ਸੋਚਦਾ ਵੀ ਕੁਰਾਨ ਕਿੱਧਰ ਚਲਾ ਗਿਆ, ਅੱਲਾਹ ਦੇ ਰਸੂਲ ਅਲੈਹਿ ਸਲਾਮ ਦੀ ਸਹੀ ਸੁਨਤ ਕਿੱਧਰ ਚਲੀ, ਤੁਸੀਂ ਉੱਥੋਂ ਕਿਉਂ ਦਲੀਲ ਨਹੀਂ ਲੈਂਦੇ? ਹੈ ਇਹ ਕੋਈ ਨਵੀਂ ਸ਼ਾਹ ਇਜਾਦ ਹੋਈ ਹੈ?